आकाश वाणी खबरें शिवी सूरीकुला कांग्रेस ने कर्नाटक विधानसभा चुनाव जीत हासिल की ओडिशा च बीजू जनता दल उम्मीदवार दीपाली दास औरे झारसुगुडा असेंबली उपचुनाव 48721 वोटों के फर्क करने जीत हासिल की थी पंजाब से जलंधर लोकसभा सीट च आम आदमी पार्टी ने जित हासिल की उत्तर प्रदेश भारतीय जनता पार्टी प्याल अपना दल ने रामपुर दी स्वार सीट की समाजवादी पार्टी खोई लैता है अपना दल मेदवार रिंकी कौल मिर्जापुर के छानबे हल्के अगे चलियां ਤੇ ਪਰਥਮਾ ਰਾਈਬਾਈ ਤੇ ਉਹਦੇ ਨਾਲ ਸੰਬੰਧਿਤ ਉਤਪਾਦ ਦੇ ਦਰ ਨਿਰਯਾਤ 4 ਲੱਖ ਕਰੋੜ ਰੁਪਏ ਸ਼ਾਮਤ ਆ ਉਈ ਗਿਆ ਆਖਿਆ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰੋਰੇ ਤੇ ਉਨ ਖਬਰ ਦੀ تفصیل ਕਾਂਗਰਸ ਨੇ ਕਰਨਾਟਕ ਵਿਧਾਨ ਸਭਾ ਚੁਨਾਵ ਜਿੱਤੀ ਲਿਆਤਾ ਭਾਰਤੀ ਚੋਣ ਆਯੋਗ ਦੀ ਤਾਜ਼ਾ ਜਾਣਕਾਰੀ ਮੁજબ ਕੱਲ 224 ਅਸੈਂਬਲੀ ਸੀਟਾਂ ਚ ਕਾਂਗਰਸ ਨੇ 100 43 ਸੀਟਾਂ ਜਿੱਤਿਆ ਨੇ ਤੇ ਅਜੇ ਤੋੜੀ 5 ਅਲ ਕੱਚ ਅੱਗੇ ਚਲਾਰਦੀ ਹੈ ਬੀਜੇਪੀ ਨੇ 60 ਸੀਟਿਓਂ ਉੱਪਰ ਜਿੱਤ ਦਰਜ ਕੀਤੀ ਹੈ ਤੇ 5 ਉੱਪਰ ਅੱਗੇ ਚਲਾਰਦੀ ਹੈ ਜੀਡੀਐਸ ਨੇ 19 ਸੀਟਾਂ ਜਿੱਤਿਆ ਨਾ ਜਿਸ ਲੈ ਕੇ ਓਰ ਨੇ 1-1 ਸੀਟ ਉੱਪਰ ਜਿੱਤ ਦਰਜ ਕੀਤੀ ਹੈ ਕਿਸ਼ ਖਾਸ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਈ ਗੇਦਾ ਹੈ ਜਿਸ ਚ ਮੌਜੂਦਾ ਮੁੱਖ ਮੰਤਰੀ ਬਾਸਵਰਾਜ ਬੋਮਾਇਓਰੇ शिंगाव सीट जीती लैती है उन्हें कॉग्रेसव पठान यासिर अहमद खान होती हजार वोट कर हरा दाबका मुख्यमंत्री जगदीश सत्तर जड़े चुनाव के किश समय पहले कांग्रेस च शामिल हो गए हुबली धारवाड़ सेंट्रल सीट थमा बीजेपी मेंदवार आसिया कोई चौंतीस हजार दे फर्क करने आर दर्ज की ਸਾਬਕਾ ਮੁੱਖ ਮੰਤਰੀ ਤੇ ਜੀਡੀਐਸ ਨੇਤਾ ਐਚਡੀ ਕੁਮਾਰਾ ਸਵਾਮੀ ਹੋਰੇ ਚੰਨਾ ਪਟਨਾ ਅਸੈਂਬਲੀ ਸੀਟ ਥਮਾ ਕੋਈ 16000 ਵੋਟੇ ਕਨੇ ਜਿੱਤ ਆਸਲ ਕੀਤੀ ਹੈ ਕਾਂਗਰਸ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਸਿਦਰ ਰਮਈਆ ਹੋਰੇ ਵਰੁਨਾ ਸੀਟ ਉਪਰ ਵੀ ਸੋਮਨਨਾ ਓਰਿੰਗੀ ਕੋਈ 46163 ਵੋਟੇ ਕਨੇ ਅਰਾਈ ਦਿੱਤਾ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਮੁਖ ਡੀਕੇ ਸ਼ਿਵ ਕੁਮਾਰ ਹੋਰੇ ਕਨਕਪੁਰਾ ਥਮਾ ਬੱਡੇ ਫਰਕ ਕੰਨੇ 122392 ਵੋਟੇ ਦੇ ਫਰਕ ਕੰਨੇ ਜਿੱਤ ਦਰਜ ਕੀਤੀ ਹੈ। ਵਿਜੇਂਦਰ ਯਦੀ ਯੁਰਪਾ ਜਿਹੜੇ ਜੇ ਸਾਬਕਾ ਮੁੱਖ ਮੰਤਰੀ ਵੀ ਐਸ ਯਦੀ ਯੁਰਪਾ ਦੇ ਪੁੱਤਰ ਨਾ ਔਰੇ ਸ਼ਕਾਰੀਪੁਰਾ ਅਲਕੇ ਥਮਾ 11008 ਵੋਟੇ ਕੰਨੇ ਜਿੱਤ ਦਰਜ ਕੀਤੀ ਹੈ। ਕਾਂਗਰਸ ਅਧਿਐਕਸ਼ ਮਲਿਕਾ ਅਰਜੁਨ ਖੜਕੀ ਹੁੰਦੇ ਪੁੱਤਰ ਪ੍ਰਿਯੰਕ ਖੜਗੋਰੇ ਚਿਤਾਪੁਰਚ ਬੀਜੇਪੀ ਉਮੀਦਵਾਰ मनिकांत राठौरो रंगी 13640 वोटे कने अराई ਦਿੱਤਾ ਤੇ ਜਿੱਤ ਦਰਜ ਕੀਤੀ ਕਾਨੂੰਨ ਤੇ ਪਾਰਲੀਮਾਨੀ ਮਾਮਲੇ ਮੰਤਰੀ ਜੇਸੀ ਮਦੂ ਸੁਆਮੀ ਹੋਰਿੰਗੀ ਚਿੱਕਾ ਨਾਇਕ ਕਾਨਹਾਲੀ ਚ ਜੀਡੀਐਸ ਦੇ ਉਮੀਦਵਾਰ ਸੀਬੀ சுரேਸ਼ ਹੋਰਿੰਦ 10042 ਵੋਟੇ ਕਨੇ ਅराई ਦਿੱਤਾ सेहत मंत्री के सुधाकर चिकाबालापोरा च दस हजार वोटे सौ बताली वोटें कॉग्रेसव प्रदीप ईश्वर हो राय दिता ट्रांसपोर्ट मंत्री बी श्री हो बारीारीारीारी च नत्ती हजार करने सौ वोटें कॉग्रेस बी नागेंद्रा नागिंद्रा हो दिता दसैम्बी स्पीकर विश्वेश्वर हेगड़े कागरी होर सीट च अट्ठ हजार सत् सौ बारा वोटे कर हार दा सामना करना पिया प्रधानमंत्री नरेंद्र मोदी और कर्नाटक असेंबली चुनाव कांग्रेस पार्टी की जित मु ममारखा दियां न एक ट्वीट उन्हें कांग्रेस पार्टी की लोक आसें आशे गी पूरा करने तमारख द ਪ੍ਰਧਾਨ ਮੰਤਰੀ ਹੋਰੇ ਕਰਨਾਟਕ ਚੋਣਾਂ ਚ ਬੀਜੇਪੀ ਕੀ ਸਮਰਥਨ ਦੇਣ ਦੇਣੇ ਵਾਲੇ ਲੋਕਾਂ ਦਾ ਵੀ ਧੰਨਵਾਦ ਕੀਤਾ ਉਹਨੇ ਆਖਿਆ ਜੇ ਆਉਣ ਵਾਲੇ ਸਮੇਂ ਚ ਬੀਜੇਪੀ ਕਰਨਾਟਕ ਚ ਮਤੇ ਜੋਸ਼ ਕਰਨੇ ਸੇਵਾ ਕਰੋਗ ਓਡੀਸ਼ਾ ਚ ਬੀਜੂ ਜਨਤਾ ਦਲ ਬੀਜੇਪੀ ਮੇਦਵਾਰ ਦਿਪਾਲੀ ਦਾਸ ਹੋਰੇ 400 ਗੁੜਾ ਅਸੈਂਬਲੀ ਉਪ ਚੋਣਾਂ 48721 ਵੋਟਾਂ ਦੇ ਫਰਕ ਕਰਨੇ ਜੀਤੀ ਲੇਤਾ ਭਾਰਤੀ ਚੋਣ ਆਯੋਗ ਦੀ ਰਿਪੋਰਟ ਮੁਜਬ ਬੀਜੇਡੀ ਮੇਦਵਾਰ ਦਿਪਾਲੀ ਦਾਸ ਜੜੀ ਜੇ सुर्गीय मंत्री नाभादासस तीन और इंगी एक लाख सत हज़ार एक सौ ठानवे वोट थोए जिसलै कि बीजेपी भीजेपीदार टकाधर त्रिपाठी और इंगी होुंजा हजार चार सौ सतर वोट थोए कांग्रेस काेसदार तरुण पांडे और इंगी छड़ा चार हजार चार सौ छियानवे वोट थोए एक थो आकाशवाणी पर ਪੰਜਾਬ ਚ ਆਮ ਆਦਮੀ ਪਾਰਟੀ ਮੀਤਵਾਰ ਸੁਸ਼ੀਲ ਕੁਮਾਰ ਰਿੰਕੂ ਹੋਰ ਜਲੰਧਰ ਉਪ ਚੁਣਾ ਲਈ ਚਲਾਰਦੀ ਗਿੰਤਰੇ ਚ ਰਿਕਾਰਡ ਅੰਤਰ ਕਰਨੇ ਜਿੱਤ ਬਖੀ ਅੱਗੇ ਵਧਿਏ ਜਿੱਤ ਦਰਜ ਕਰ ਲੈਤੀ ਇਸ ਲਈ ਕਾਂਗਰਸ ਮੀਤਵਾਰ ਕਰਮਜੀਤ ਕੌਰ ਚੌਧਰੀ ਹੋਰ ਦੂਈ ਥਾਰ ਤੇ ਭਾਜਪੀ ਤ੍ਰੀ ਥਾਰ ਉੱਪਰ ਚਲਾਰ ਦਿਆ ਹੈ ਤੁਆਈ ਅਕਾਲੀ ਦਲ ਬੀਐਸਪੀ ਪਿਆਲ ਮੀਤਵਾਰ ਚੌਥੀ ਥਾਰ ਉੱਪਰ ਹੈ ਚੋਣਾ ਆਯੋਗ ਦੀ ਵੈਬਸਾਈਟ ਉੱਪਰ ਰੁਝਾਨ ਮੁਜਬ पाई गेर अट्ठ लख लाख हजार वोटें चा कोई सत्त लक्ष दस हजार वोटें की अजें तोड़ पूरी हो गई है उत्तर प्रदेश सत्ता च बनी बीजेपी दी प्याल अपना दल सोने लाल पटेल ने रामपुर दे सुरूर सीट की समाजवादी पार्टी थमा खोई लैता है अपना दल मेंदव शफीक अहमद अंसारी हो समाजवादी पार्टी मदवार अनुराधा चौहान हो अठ हजार शा मते वोटें हरा दिता। अपना दल मेंदव रिंकी कोलोर मिर्जापुर जिले दे छानबे हल्के अगे चला प्रधानमंत्री नरेंद्र मोदी हो भारत दा विकास उंदी सरकार ले विश्वास से वचनबद्वता है ਉਨੇ ਆਖਿਆ ਜੀ ਸਰਕਾਰ ਫਰਕੂ ਫਰਕੀ ਕੀ ਖਤਮ ਕਰਾਰ ਦੀ ਹੈ ਹਰ ਗਰੀਬ ਤੋੜੀ ਪੁਜਾਰਦੀ ਹੈ ਤੇ ਕਲਿਆਣ ਯੋਜਨਾਏਂ ਕੀ 100 ਫੀਸਦ ਲੋਕੇ ਤੱਕ ਪੁਹਾਨੇ ਤੇ ਅਮਲਾਵਰੀ ਯਕੀਨੀ ਬਨਾਰਦੀ ਹੈ। ਉਨੇ ਗੱਲ ਕਲ ਗਾਂਦੀਨਗਰ ਗੁਜਰਾਤ ਚ 4400 ਕਰੋੜ ਰੁਪਏ ਦੀ ਲਾਗਤਾਂ ਤੇ ਬਖ ਬਖ ਪ੍ਰਯੋਜਨਾਏ ਦੀ ਨੀ ਪੱਥਰ ਰਖਿਆ ਤੇ ਉਦਘਾਟਨ ਕੀਤਾ। ਇਨੇ ਪ੍ਰਯੋਜਨਾਇਚਾ ਬਾਨਸਕਾਂਠਾ ਜ਼ਿਲ੍ਹੇ ਚ ਬਹੁਗ੍ਰਾਮੀਣ ਪੀਣੇ ਵਾਲੇ ਪਾਣੀ ਦੀ ਸਪਲਾਈ ਯੋਜਨਾ ਅਹਮਦਾਬਾਦ ਰਿਵਰ ਓਵਰ ਬ੍ਰਿਜ ਤੇ ਮਹਿਸਾਨਾ ਤੇ ਅਹਮਦਾਬਾਦ ਚ ਗੰਦੇ ਪਾਣੀ ਦੀ ਨਿਕਾਸੀ ਵਾਲਾ ਸੰਜੰਤਰ ਜਨੇ ਪ੍ਰਯੋਜਨਾ ਦਾ ਉਦਘਾਟਨ ਕੀਤਾ ਗਿਆ। ਨੀ ਪੱਥਰ ਰੱਖਣ ਵਾਲੀ ਪ੍ਰਯੋਜਨਾਇਚਾ ਜੂਨਾਗੜ ਜ਼ਿਲ੍ਹੇ ਚ ਬੱਡੀ ਪਾਈਪਲਾਈਨ ਪ੍ਰਯੋਜਨਾ ਗਾਂਦੀਨਗਰ ਜ਼ਿਲ੍ਹੇ ਚ ਵਾਟਰ ਸਪਲਾਈ ਯੋਜਨਾ ਦੀ ਅਮਲਾਵਰੀ ਤੇ ਬਖ ਬਖ ਕਸਬੇ ਕੰਨੇ ਸਬੰਧਿਤ ਛੜਕਾਂ ਵੀ ਸ਼ਾਮਲ ਹਨ ਪ੍ਰਧਾਨ ਮੰਤਰੀ ਉਹਰੇ ਪੀ ਐਮਏਵਾਈ ਗ੍ਰਾਮੀਣ ਤੇ ਸ਼ਹਿਰੀ ਪ੍ਰਯੋਜਨਾ ਜਿਸ ਉੱਪਰ ਕੋਈ 1950 ਕਰੋੜ ਰੁਪਏ ਦੀ ਲਾਗਤ ਆਉਗ ਦਨੀ ਪੱਥਰ ਤੇ ਉਦਘਾਟਨ ਕੀਤਾ ਤੇ ਕਾਜਕ੍ਰਮ ਚ ਯੋਜਨਾ ਤਹਿਤ ਬਨੇ ਦੇ ਕੋਈ 19000 ਘਰਾਂ ਮਕਾਨੇ ਦੇ ਗ੍ਰਹਿ ਪ੍ਰਵੇਸ਼ ਚ ਸ਼ਾਮਲ ਤੇ ਤੇ ਯੋਜਨਾ ਦੇ ਲਾਭਾਰਤੀਆਂ ਗੀ ਕਰੇ ਮਕਾਨੇ ਦੀਆਂ ਚਾਬੀਆਂ ਵੀ ਸੌਪੀਆਂ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਦਾਕ ਕੇ ਥਮਾ ਬਖ ਬਖ ਆਵਾਸ ਯੋਜਨਾ ਉੰਦੇ ਹੋਈ ਵੀ 75 ਫੀਸਦੀ ਆਬਾਦੀ ਕੇ ਸ਼ੌਚਾਲਿਆ ਦੀ ਸਹੂਲਤ ਗੇ ਨਹੀਂ ਸ਼੍ਰੀ ਮੋਦੀ ਹੋਰੇ ਆਖਿਆ ਜੇ ਅਸੰਗੀ ਸਮਝਣਾ ਲੂਟਦਾ ਜੇ ਕਿ ਘਰ ਛੜਾ ਇੱਕ ਆਸਰਾ ਕੇ ਨਹੀਂ ਬਲਕਿ ਵਿਸ਼ਵਾਸ ਦੀ ਥਾਰ ਹੈ ਜਿੱਥੇ ਸੁੱਖ ਨੇ ਦਾ ਅਹਿਸਾਸ ਕੀਤਾ ਜਾਂਦਾ ਤੇ ਨਵੀਆਂ ਸੰਭਾਵਨਾਆਂ ਦਾ ਜਨਮ ਹੁੰਦਾ ਪ੍ਰਧਾਨ ਮੰਤਰੀ ਉਹ ਰੇ ਅੱਖਿਆ ਜੇ ਕਿ ਜਿਸਲੇ ਗਰੀਬ ਆਪਣੀ ਜ਼ਰੂਰਤਾਂ ਤਾਂ ਇੱਕਟ ਚਿੰਤਿਤ ਹੋ ਉੰਗਨ ਤਾਂਗੇ ਉਹਦਾ ਆਤਮ ਵਿਸ਼ਵਾਸ ਵਧ ਜੰਦਾ ਹੈ। ਸ਼੍ਰੀ ਮੋਦੀ ਉਹ ਰੇ ਅੱਖਿਆ ਜੇ ਕਿ ਸਰਕਾਰ ਸ਼ਹਿਰੀ ਯੋਜਨਾ ਚ ਜੀਨੇ ਦੀ ਸਖੱਲਾ ਬਣਾਨੇ ਤੇ ਜੀਵਨ ਦੀ ਬਰੋਬਰੀ ਉਪਰ ਇੱਕੇ ਲਿਆ ਧਿਆਨ ਦੇ ਆਰਦੀ ਹੈ। जी7 ਦੇ ਖਜ਼ਾਨਾ ਪ੍ਰਮੁੱਖੇ ਮੈਂਗਿਆਈ ਗੀ ਕਾਬੂ ਚ ਰੱਖਨੇ ਕਰਜ਼ੇ ਦੇ ਪਾਰ 8 ਆਏ ਦੇ ਮੁਲਖੇ ਦੀ ਮਦਦ ਕਰਨ ਤੇ ਖਜ਼ਾਨਾ ਸਰਵੰਧੀ ਪ੍ਰਣਾਲੀ ਦੀ ਨਿੱਕਰ ਕਰਨੇ ਦੀ ਪੱਕਤਾਈ ਹੈ ਜੀ7 ਮੁਲਖੇ ਦੇ ਖਜ਼ਾਨਾ ਮੰਤਰੀਏ ਤੇ ਸੈਂਟਰਲ ਬੈਂਕ ਪ੍ਰਮੁੱਖੇ ਦੀ 30 ਦਿਨੇ ਦੀ ਬੈਠਕ ਅੱਜ ਜਾਪਾਨ ਦੇ ਨਿਗਾਤ ਚ ਸੰਪੰਨ ਹੋਈ ਗਈ ਬੈਠਕ ਦੌਰਾਨ ਸਵੱਛ ਊਰਜਾ ਸਰੋਤਾਂ ਦੇ ਵਿਕਾਸ ਤੇ વૈશ્વਿਕ ਆਰਥਿਕ ਸਮਾਯੋਜਨ ਸਮਰੱਥਾ ਬਦਾਨੇ ਲਈ ਮਤੀ ਸਥਾਈ ਵਿਵਸਥਾ ਦੀ ਵਚਨਬੱਧਤਾ ਪ੍ਰਗਟ ਕੀਤੀ ਗਈ ਜੀ 7 ਮੁਲਕਾਂ ਨੇ ਯੂਕਰੇਨ ਲਈ ਸਮਰਥਨ ਤੇ ਰੂਸ ਦੇ ਖਿਲਾਫ ਆਰਥਿਕ پابੰਦੀ ਲਾਗੂ ਕਰਨੇ ਦਾ ਫੈਸਲਾ ਕੀਤਾ ਅਗਲੇ ਹਫਤੇ ਇਰੋਸ਼ਿਮਾ ਚ ਜੀ 7 ਮੁਲਕਾਂ ਦੀ ਸ਼ਿਖਰ ਬੈਠਕ ਹੋਗ उपराष्ट्रपति जगदीप धनखड़ और सिविल सेवा शासन दी रीढ़ है तो मुल्ख सरकारी नीतियों गी लागू करने च इक अहम भूमिका निभाई है और नम, नमी दिल्ली च अपने निवास च आईएएस उन्नीस सौ चौरसी बैच अफसरें आसिया सहयोग करने लिखी दी एक किताब रिफलैक्शनस ऑन इंडियाज पब्लिक पालिसी का विमोचन करते हुए वरिष्ठ अफसरें गणमान्य व्यक्तियों गी संबोधित करार दे हे श्री धनकड़ोरे ਆਖਿਆ ਜੇ ਭਾਰਤ ਦਾ ਸ਼ਾਸਨ ਸਰਬੰਦੀ ਮਾਡਲ ਦਾ ਪਾਰਦਰਸ਼ਿਤਾ ਜਵਾਬਦੇਹੀ ਡਿਜੀਟਿਕਰਨ ਨਮੀਏ ਕਾਢੇ ਤੇ ਉਦਮੇਤਾ ਉਪਰ ਧਿਆਨ ਕੇਂਦ੍ਰਿਤ ਹੈ ਤੇ ਵਿਸ਼ਵ ਇਸੀ ਇਰਾਨਗੀ ਕਰਨੇ ਦਿਖਾ ਰਦਾ ਉਹਨੇ ਆਖਿਆ ਜੇ ਸਫਲ ਯੋਜਨਾਏ ਦੇ ਲਾਗੂ ਨੇ ਕਰਨੇ ਹਾਸ਼ਿਓਂ ਪਰ ਰੱਖੇ ਦੇ ਤਬਕੇ ਦੇ ਸਸ਼ਕਤੀਕਰਨ ਤੇ ਉਹਨੇ ਕੀ ਉਬੜਾ ਚੁਕਣਾ ਮੁਮਕਨ ਹੋਇ ਜਿਸ ਰਾਹੀਂ ਇਨੇ ਤਬਕੇ ਥੋੜੀ ਜ਼ਰੂਰੀ ਸੇਵਾ ਦੀ ਪੁੱਜ ਮੁਮਕਨ ਹੋਇ ਹੈ ਇਸ ਮੌਕੇ ਉਪ ਰਾਸ਼ਟਰਪਤੀਓ ਨੇ ਸਿਵਲ ਸੇਵਕੀਂਗੀ ਮਾਨਨੇ ਕਨ ਨਿਰਾਸ਼ਟ ਦੀ ਸੇਵਾ ਕਰਨੇ ਦਾ ਆਵਾਨ ਕੀਤਾ। ਇਹ ਖਬਰਾਂ ਤੁਸ ਆਕਾਸ਼ ਵਨੀ ਪਰ ਆ ਸੁਨਾਰਦੇਓ। ਰਾਈਬਾਈ ਤੇ ਕਿਰਸਾਨ ਦੇ ਕਲਿਆਣ ਸਰਵੰਧੀ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰੇ ਆਖਿਆ ਜ ਰਾਈਬਾਈ ਤੇ ਇਹਦੇ ਕੰਨੇ ਜੁੜੇ ਦੇ ਉਤਪਾਦ ਮਤਲਕ ਪਾਰਤ ਦਾ ਨਿਰਿਆਤ 4 ਲੱਖ ਕਰੋੜ ਰੁਪਏ ਕੁਲ ਮਤਾ ਹੋਈ ਹੈ। ਉਨੇ ਆਖਿਆ ਜਿ ਪਿਛਲੇ ਕਿਸ਼ਵਰੇ ਦੌਰਾਨ ਭਾਰਤ ਨੇ ਰਾਈਬਾਈ ਦੇ ਖੇਤਰ ਚ ਬੜੀ ਸ਼ੈਲਕਾਰਕਰਦਗੀ ਦੱਸੀ ਹੈ ਤੇ ਕੰਨੇ ਅਨਦਾਨੇ ਦੇ ਬੜੇ ਮਤੇ ਉਤਪਾਦਨ ਦੇ ਰਾਏ ਕੁੱਲ ਸੰਸਾਰੀ ਸਤਾ ਪਰ ਖਾਦੀ ਸੁਰੱਖਿਆ ਚ ਵੀ ਆਪਣਾ ਯੋਗਦਾਨ ਦਿੱਤਾ ਹੈ। ਤੋਮਰ ਉਰੇ ਇੱਕ ਗੱਲ ਕਲ ਸ਼ੇਂਗਾਈ ਸਹਿਯੋਗ ਸੰਗਠਨ ਦੇ ਸਦਸਿ ਮੁਲਕੇ ਦੇ ਖੇਤੀ ਮੰਤਰੀ ਦੀ 8ਵੀਂ ਬੈਠਕ ਦੀ ਵੀਡੀਓ ਕਾਨਫਰੰਸ ਦੇ ਰਾਏ ਸੰਬੋਧਿਤ ਕਰਦੀ ਹੋਈ ਆਖੀ। ਤੋਮਰ ਉਰੇ ਗਲਾਇਆ ਜਿ ਭਾਰਤ ਰਾਈਬਾਈ ਤੱਕ ਖੇਤਰ ਚ ਦੁਨੀਆ ਭਰ ਚ ਸਭਨੇਸ਼ਾ ਮਤਾ ਕਮ ਰੋਜ਼ ਉਪਲਬਧ ਕਰਵਾਉਣ ਵਾਲਾ ਮੁਲਕ ਹੈ ਉਹਨੇ ਆਖਿਆ ਜੇ ਸਾਡੇ ਮੁਲਕ ਚ ਅੱਧੀ ਸ਼ਮਤੀ ਆਬਾਦੀ ਰਾਈਬਾਈ ਤੇ ਇਹਦੇ ਨੇ ਸਰਬੰਧਤ ਖੇਤਰਾਂ ਕਨ ਨਾਲ ਜੁੜੀ ਦੀ ਹੈ ਉਹਨੇ ਆਖਿਆ ਜੇ ਕਿਸਾਨੇ ਦਾ ਕਲਿਆਣ ਤੇ ਰਾਈਬਾਈ ਖੇਤਰ ਦਾ ਪੂਰਾ ਪ੍ਰਾਤਾ ਵਿਕਾਸ ਕੇਂਦਰ ਸਰਕਾਰ ਦੇ ਸਭਨੇਸ਼ਾ ਪਹਿਲੀ ਪ੍ਰਾਥਮਿਕਤਾ ਹੈ प्रधानमंत्री नरेंद्र मोदी इस महीने की अठाई तरीक की दिन जारह बजे आकाशवाणी पर मन की बात कार्यक्रम राए अपने विचार देश विदेश कन्ने सांजे करगन ए इस कार्यक्रम की एक सौ तोग किश्त प्रसारण आकाशवाणी ते दूरदर्शन के समूलचे नेटवर्क जाग प्रधानमंत्री ओ ओकड़े जषय बारे अपने विचार उन्होंने सांझे ओ मन की बात आंद एपिसोड शामिल करवाना चाहते हैं लोग अपने विचार नमो ऐप या मई गॉव ओपन फोरम पर सझे करीते अलावा लोग टोल फ्री नंबर एक अट्ठ सिफर सिफर एक, एक सत अठ सिफर सिफर डायल कर भी अपने संदेश हिंदी ज अ्रेजी भाषा च प्रधानमंत्री हुरी रिकार्ड कराई स यह फोन लाइन इस महीने छब्बी तरीक तक खुली दियां लोक एक नौ दो, दो नंबर पर मिस कॉल करिए दे मगरा एसएमएस थोए थोड़ लिंक पर जाइए भी सीधे प्रधानमंत्री कर अपने सुझाव पजाई सदन भारतीय मूल की अमरीकी नागरिक गीता राव गुप्ता हो अमरीकी विदेश विभाग ने महिला सरबंदी मुद्दे ले, अपना दूत ਨਿਕੁ ਤਕੀਤਾ ਅਮਰੀਕੀ ਸੰਸਦ ਨੇ ਇਹਦੀ ਮਨਜ਼ੂਰੀ ਦੇ ਦਿੱਤੀ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਕੱਲ ਇੱਕ ਟਵੀਟ ਚ ਗਲਾਇਆ ਜੇ ਕੀਤਾ ਰਾਉ ਗੁਪਤਾ ਔਰ ਅਮਰੀਕੀ ਵਿਦੇਸ਼ ਨੀਤੀ ਕੀ ਧਿਆਨ ਚ ਰੱਖਦੇ ਹੋਈ ਮਹਿਲਾ ਤੇ ਬਾਲਿਕਾ ਅਧਿਕਾਰਾਂ ਕੀ ਬੜਾਵਾ ਦਿੰਗਨ ਗੁਪਤਾ ਔਰ ਆਪਣਾ ਸਨੇਚ ਗਲਾਇਆ ਜੇ ਪੂਰੀ ਦੁਨੀਆ ਚ ਮਹਿਲਾਇਆਂ ਗੀ ਕਈ ਚਾਲੀ ਦੀਏ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵਾਰਦਾ ਜੇ ਦੇ ਕਰੀ ਉਹ ਅਰਥ ਵਿਵਸਥਾ ਚ ਆਪਣਾ ਪੂਰਾ ਯੋਗਦਾਨ ਨਹੀਂ ਦੇ ਪਾਰਦੀਆਂ ਨਾ ਕੁਆਡ ਸੰਗਠਨ ਦੇ ਸભ્ય ਮਲਕਾਂ ਦੇ ਵરિਸ਼ ਸੈਨਿਕ ਕਮਾਂਡਰਾਂ ਦੀ ਮੀਟਿੰਗ 15-16 ਮਈ ਤੱਕ ਕੈਲੀਫੋਰਨੀਆ ਦੇ ਸੈਨੀ ਲੈਂਡਸ 'ਚ ਹੋਊਗਾ। ਭਾਰਤ ਦੀ ਤਰਫੋਂ ਪ੍ਰਮੁੱਖ ਰੱਖਿਆ ਅਧਿਐਕਸ਼ ਜਨਰਲ ਅਨਿਲ ਚੋਹਾਨ ਹੋਰ ਇਸ ਮੀਟਿੰਗ 'ਚ ਇਸਾ ਲੈਂਗਨ ਇਹਦੇ 'ਚ हिंद प्रशांत सुरक्षा पर तफसीली चर्चा की कीितग ए आयोजन चौवी मई की सिडनी चवाड शिखर सम्मेलन शापे सदस्य मुल् ब बुरक्षा सहयोग की नमे स्तर तक कर, ले ये जाने का यतन मनाया जा रहा कॉग्रेस ने कर्नाटक विधानसभा चुनाव जित हासिल क ਓੜੀਸ਼ਾ ਚ ਬੀਜੂ ਜਨਤਾ ਦਲ ਉਮੀਦਵਾਰ ਦਿਪਾਲੀ ਦਾਸ ਹੋਰੇ ਝਾਰਸੁਗੂੜਾ ਅਸੈਂਬਲੀ ਉਪਚਨਾ 48721 ਵੋਟਾਂ ਦੇ ਫਰਕ ਕੰਨੇ ਜਿੱਤੀ ਲੈਂਦਾ ਹੈ ਪੰਜਾਬ ਚ ਜਲੰਧਰ ਲੋਕ ਸਭਾ ਸੀਟ ਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਉੱਤਰ ਪ੍ਰਦੇਸ਼ ਚ ਭਾਰਤੀ ਜਨਤਾ ਪਾਰਟੀ ਪਿਆਲ ਆਪਣਾ ਦਲ ਨੇ ਰਾਮਪੁਰ ਦੀ ਸਵਾਰ ਸੀਟ ਗੀ ਸਮਾਜਵਾਦੀ ਪਾਰਟੀ ਥਮਾ ਕੋਇਲਤਾ ਆਪਣਾ ਦਲ ਮੀਦਵਾਰ ਰਿੰਗੀ ਕੋਲ ਮਿਰਜ਼ਾਪੁਰ ਦੇ 96 ਅਲਕੇਤਮਾ ਅੱਗੇ ਚਲਾੜਦਿਆਂ ਨਾ ਤੇ 파ਰਤਮਾ ਰਾਈਬਾਈ ਤੇ ਉਹਦੇ ਨੇ ਸੰਬੰਧਿਤ ਉਤਪਾਦ ਦੇ ਦਾ ਨਿਰਯਾਤ 4 ਲੱਖ ਕਰੋੜ ਰੁਪਏ ਸ਼ਮਤਾ ਹੋਈ ਗਿਆ ਆਖਿਆ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਂ ਮਰੋਰੇ ਇਸ ਪਹਿਲੇ ਦੇ ਬੁਲੇਟਿਨ ਚ ਬਸ ਇਨ ਆ ਗਿਆ